ਅਸਲਾਮ ਵਾਲੇਕੁਮ, ਵੈਲਕਮ ਟੂ ਬੈਕ ਮਾਈ ਯੂਟਿਊਬ ਚੈਨਲ, ਤੁਸੀਂ ਵੇਖ ਰਹੇ ਰਿਫਿਆ ਦਾ ਪੰਜਾਬੀ ਲੋਕ ਚੈਨਲ। ਅੱਜ ਜਨਾਬ ਅਸਾਂ ਕੱਦੂ ਵਾਲੀ ਫਸਲ ਵਿੱਚ ਮੌਜੂਦ ਹੈ। ਤੁੜੇਂਦੇ ਵਦੇ ਯਾਰ, ਨਹੀਂ ਪਤਾ ਲਾਈ ਵੇਖ ਲਿਓ ਸਵੇਲੀ। ਤੂੰ ਯਾਰ ਦੱਸ, ਕੱਦੂ ਬੜਾ ਚਾਹੀ ਖਲੋਤਾ। ਇਹ ਗੋਲ ਮਟੋਲ ਕੱਦੂ ਪੈ ਜਾਣ, ਇਹ ਲੰਮਾ ਕੱਦੂ ਨਹੀਂ ਹੈ। ਹਾਂ ਬਿਲਕੁਲ ਗੋਲ ਮਟੋਲ ਹੈ, ਇਹ ਕੱਦੂ ਦੀ ਤਰੀਫ ਹੀ ਨਹੀਂ ਰਹਾ ਜੀ। ਹਾਂ ਇਹ ਬਿਲਕੁਲ ਬੜਾ ਪਿਆਰਾ ਪਿਆਰਾ ਵੇਖੋ, ਬਰਗਰ ਬੱਚਿਆਂ ਨਹੀਂ, ਬਰਗਰ ਬੱਚਿਆਂ ਤੇ ਨਹੀਂ। ਉਹਨਾਂ ਦੇ ਵੀ ਪਿਆਰਾ ਯਾਰ, ਬਰਗਰ ਬੱਚੇ ਬਣਾ ਪਾਉਂਦੇ। ਅੱਛਾ ਜੀ ਭਾਈ ਸਾਹਿਬ, ਇਹ ਜਿਹੜੀ ਫਸਲ ਹੈ ਨਾ, ਇਹ ਬਿਲਕੁਲ ਪਿਓਰ ਤੇ ਅਸਲੀ ਹੈ। ਕੋਈ ਇਹਨੂੰ ਗਟਣ ਵਾਲਾ ਪਾਣੀ ਨਹੀਂ ਲੱਗੋ ਆ, ਠੀਕ ਹੈ? ਬਿਲਕੁਲ ਸਾਫ਼ ਤੇ ਸ਼ਫਾਫ ਪਾਣੀ ਹੈ, ਕੋਈ ਸਪਰੇਅ ਵਗੈਰਾ ਨਹੀਂ। ਜਿਹੜੀ ਹੁੰਦੀ ਹੈ ਨਾ ਸ਼ਹਿਰਾਂ ਦੇ ਨਾਲ ਫਸਲ, ਠੀਕ ਹੈ ਨਾ, ਉਹਨਾਂ ਨੂੰ ਇੰਝ ਬਣਾਓ ਵੀ ਗੰਦਾ ਪਾਣੀ ਹੋ ਗਿਆ, ਗਟਰਾਂ ਵਾਲਾ ਪਾਣੀ ਹੋ ਗਿਆ, ਜਦੋਂ ਇੰਝ ਬਣਾਓ ਵੀ ਸਾਲਣ ਬਣਦਾ, ਉਸੇ ਜੀ ਸਮੈਲ ਆਉਂਦੀ ਹੈ। ਪਰ ਇਹ ਜਿਹੜੀ ਹੈ ਨਾ ਫਸਲ, ਇਹ ਬਿਲਕੁਲ ਪਿਓਰ ਹੈ, ਠੀਕ ਹੈ, ਫਸਲ ਬਿਲਕੁਲ ਤਿਆਰ ਹੈ। ਇਹ ਜਨਾਬ ਖੁਸ ਕੇ ਵਈ ਸਨ ਮੰਡੀ ਵਿੱਚ, ਪੈਸੇ ਕਮਾਈ ਸਨ। ਸਹੀ ਹੈ, ਛੋਟੇ ਛੋਟੇ ਯਾਰ, ਛੋਟੇ ਛੋਟੇ ਕੱਦੂ ਵੀ ਖਾ ਰਹੇ ਨੇ, ਕਿਹੜੀ ਗੱਲ ਹੈ। ਛੋਟੇ ਛੋਟੇ ਬੱਚੇ ਭਾਈ ਸਾਹਿਬ, ਇਹ ਜਿਹੜੀ ਫਸਲ ਹੈ ਨਾ, ਮੇਰੇ ਆਪਣੇ ਪਿਆਰੇ ਭਾਈ ਅਰਸ਼ਦ ਭਾਈ ਦੀ ਹੈ। ਯਾਰ ਮੈਂ ਨਾ ਪਹਿਲੇ ਸੁਣਦਾ ਬਾਈ, ਨਜ਼ੀਰ ਕਾ ਮਤੀਰਾ ਖਾਏਗਾ, ਪਠਾਨ ਆਇਆ ਨਹੀਂ ਤੇ ਉਹਨਾਂ ਮਕੂਲਾ ਬਣਾ ਗਏ ਹਨ, ਠੀਕ ਹੈ ਨਾ, ਨਜ਼ੀਰ ਕਾ ਮਤੀਰਾ ਖਾਓਗੇ। ਯਾਰ ਮੈਂ ਬੜਾ ਪਰੇਸ਼ਾਨ ਹੁੰਦਾ ਹਾਂ ਬਾਈ, ਨਜ਼ੀਰ ਕਾ ਮਤੀਰਾ ਕੀ ਹੁੰਦਾ ਯਾਰ, ਮੈਨੂੰ ਸਮਝ ਨਹੀਂ ਲੱਗਦੀ ਯਾਰ। ਮੈਂ ਬੜਾ ਪਰੇਸ਼ਾਨ, ਸਾਰੀ ਰਾਤ ਸੋਚਦਾ ਰਹੀ ਹਾਂ, ਬੜਾ ਸੋਚਿਆ ਯਾਰ, ਪਰ ਅਕਲ ਵਿੱਚ ਗੱਲ ਨਹੀਂ ਆਈ। ਗਿਓ ਮਰਸ਼ਦ ਭਾਈ ਕੋਲ, ਉਹਦੇ ਕੋਲ ਪੁੱਛਿਆ, ਯਾਰ ਇਹ ਨਜ਼ੀਰ ਕਾ ਮਤੀਰਾ ਕੀ ਆ ਦੇਣ ਪਠਾਨ, ਮੈਨੂੰ ਸਮਝ ਨਹੀਂ ਲੱਗਦੀ ਪਈ ਹੈ। ਉਸ ਆਖਿਆ, ਭਾਈ ਤੁਸੀਂ ਮੇਰੇ ਨਾਲ ਜੁਲੋ। ਮੈਂ ਕਿਹਾ ਯਾਰ ਮੈਂ ਕਿਹਦੇ ਆਉਣਾ? ਉਸ ਆਖਿਆ, ਨਹੀਂ ਯਾਰ ਤੂੰ ਮੇਰੇ ਨਾਲ ਤੇ ਟੁਰ। ਜ਼ਖਮੀ ਸਾਹਿਬ, ਉਸ ਆਖਿਆ ਤੂੰ ਮੇਰੇ ਨਾਲ ਟੁਰ। ਅੱਛਾ ਅਰਸ਼ਦ ਭਾਈ ਹੋਰੀ ਆਖਿਆ, ਉਹ ਜਦੋਂ ਲੈ ਗਿਆ ਨਾ, ਆਹ ਟਾਈਮ ਲੈ ਵੰਜਾ ਲੈ ਕਿਤੇ ਵੰਜੂ, ਇਹ ਦੱਸ ਬੜਾ ਉਹ ਜਿਹੜਾ ਨਜ਼ੀਰ ਕਾ ਮਤੀਰਾ ਖਾਏਗਾ, ਅੱਗੂ ਨਰਮਾ ਵੱਡਾ ਵੱਡਾ, ਤੂੰ ਤੇ ਮੇਰਾ ਬਾਜ਼ੂ ਫੜ ਕੇ ਜਾ ਰਹੀ ਹੈ। ਨਜ਼ੀਰ ਕਾ ਮਤੀਰਾ ਖਾਏਗਾ, ਖਾਏਗਾ ਹਾਂ, ਆਹ ਟੁਰ ਖੋਵੇਂ ਨਾ ਪਿਆ, ਲਿੱਤਰ ਬੜੇ ਲੱਗਣੇ ਨਹੀਂ ਭਾਈ ਸਾਹਿਬ। ਇਹ ਜੀ ਨਜ਼ੀਰ ਕਾ ਮਤੀਰਾ ਖਾਏਗਾ, ਠੀਕ ਹੈ ਨਾ, ਇਹ ਜਿਹੜੇ ਸਾਡੇ ਪਠਾਨ ਵੀਰਾ ਨਾ, ਉਹ ਆਖਦੇ ਹਨ ਜੀ ਨਜ਼ੀਰ ਕਾ ਮਤੀਰਾ ਖਾਏਗਾ, ਜਿਹੜਾ ਅਰਸ਼ ਦਾ ਵਾਲੇ ਦੇ ਨਾ, ਉਹਦੇ ਨਾਲ ਅਸਲੇ ਜੀ ਨਜ਼ੀਰ, ਠੀਕ ਹੈ। ਰੱਬ ਤੋਂ ਗੱਲ ਬਣ ਗਈ ਭਾਈ ਸਾਹਿਬ, ਭਾਈ ਨਜ਼ੀਰ ਕਾ ਮਤੀਰਾ ਖਾਏਗਾ, ਠੀਕ ਹੈ ਨਾ। ਉਹ ਸਾਨੂੰ ਨਾ ਬੜੀ ਕਹਾਣੀ ਪਾਈ ਰੱਖੀ, ਤਕਰੀਬਨ ਹਫ਼ਤਾ ਡੇਢ, ਆਖਿਰਕਾਰ ਅਸਾਂ ਜਨਾਬ ਨਤੀਜਾ ਆਪਣਾ ਕੱਢ ਲਿਆ, ਅਸਾਂ ਆਪਣੇ ਟੌਪਿਕ 'ਤੇ ਪਹੁੰਚ ਗਏ ਉਸੇ, ਭਾਈ ਨਜ਼ੀਰ ਕਾ ਮਤੀਰਾ ਖਾਏਗਾ। ਇਹ ਤੁਸੀਂ ਵੇਖ ਰਹੀ ਹੋ ਜੀ, ਇਹ ਮਤੀਰਾ ਹੈ ਜੀ, ਤੇ ਨਜ਼ੀਰਾ ਉਹਦੇ ਘਰ ਬੈਠਾ, ਮਤੀਰਾ ਇੱਥੇ ਖੇਤ ਵਿੱਚ ਪਿਆ, ਖੇਤ ਵਿੱਚ ਪਿਆ, ਇਹ ਨਾ ਨਰਮੇ ਹੀ ਉਸਦੇ ਪਿਆ, ਨਰਮੇ ਤਿਆਰ ਹੁੰਦਾ ਪਿਆ, ਆਹ ਫਿਰ ਕਪਾ ਗੱਡੀ ਹੋਈ ਇਹਨੇ, ਠੀਕ ਹੋ ਗਈ ਹੈ। ਬਾਅਦ ਸ਼ਾਮ ਵੀਡੀਓ ਦਾ ਅਸਾਂ ਕਰਨੇ ਆ ਐਂਡ, ਤੇ ਥੋੜ੍ਹਾ ਹੁਣ ਲੇਟ ਹੋ ਗਈ ਹੈ ਕਿਉਂਕਿ ਸ਼ਾਮ ਹੋਣ ਵਾਲੀ ਹੈ, ਅਤੇ ਜਨਾਬ ਅਸੀਂ ਜਾ ਕੇ ਨਿਮਾਜ਼ ਪੜ੍ਹਸਾਂ। ਅੱਲਾ